ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੁਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਦਿੱਲੀ ਮੋਰਚੇ ਵਿੱਚ ਕਰੋਨਾ ਤੋਂ ਬਚਾ ਲਈ ਪੂਰੇ ਇੰਤਜ਼ਾਮ ਬਲਵੀਰ ਸਿੰਘ ਰਾਜੇਵਾਲ ਦੇ ਬਿਆਨ ਤੋਂ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਵਿੱਚ ਬੀਕੇਯੂ ਆਗੂ ਬਲਵੀਰ ਸਿੰਘ ਰਾਜੇਵਾਲ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਹੈ ਕਿ ਉਹਨਾਂ ਕੋਲ ਦਿੱਲੀ ਮੋਰਚੇ ਵਿੱਚ ਕਰੋਨਾ ਤੋਂ ਬਚਾਅ ਦੇ ਲਈ ਪੂਰੇ ਇੰਤਜ਼ਾਮ ਹਨ ਇਸ ਦੇ ਨਾਲ ਹੀ ਆਕਸੀਜਨ ਦੇ ਸਮੇਤ 10 ਬੈੱਡਾਂ ਦਾ ਹਸਪਤਾਲ ਵੀ ਬਣਾਇਆ ਗਿਆ ਉਹਨਾਂ ਨੇ ਕਿਹਾ ਔ ਕਿਸਾਨੀ ਮੋਰਚੇ ਕੋਲੇ ਕਰੋਨਾ ਦੇ ਪ੍ਰਬੰਧ ਸਰਕਾਰ ਦੇ ਨਾਲੋਂ ਚੰਗੇ ਨੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਚੱਲ ਰਹੀ ਲੁੱਟ ਵੀ ਉਹਨਾਂ ਨੇ ਸਰਕਾਰ ਨੂੰ ਕਿਹਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਦਿੱਲੀ ਦੇ ਬਾਰਡਰਾਂ ਤੇ ਗਿਣਤੀ ਫਿਰ ਤੋਂ ਵਧਾਈ ਜਾਵੇਗੀ ਨਾਲ ਹੀ ਸਰਕਾਰ ਵੱਲੋਂ ਜੋ ਗੱਲਬਾਤ ਬੰਦ ਕੀਤੀ ਗਈ ਆ ਉਸ ਲਈ ਕਿਸਾਨਾਂ ਨੇ ਚਿੱਠੀ ਲਿਖ ਕੇ ਸਰਕਾਰ ਨੂੰ ਗੱਲਬਾਤ ਸ਼ੁਰੂ ਕਰਨ ਲਈ ਕਿਹਾ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਮਿਲੀ ਵੱਡੀ ਰਾਹਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਆ ਪਿਆ ਪਟਿਆਲਾ ਦੇ ਵੈਸਟ ਡਿਵੀਜ਼ਨ ਦੇ ਐਕਸ਼ਨ ਇੰਜੀਨੀਅਰ ਹਰਪ੍ਰੀਤ ਸਿੰਘ ਪਟਿਆਲਾ ਦੇ ਦਿਹਾਤੀ ਐਕਸੀਅਨ ਇੰਜੀਨੀਅਰ ਸੰਦੀਪ ਪੂਰੀ ਤੇ ਪਟਿਆਲਾ ਦੇ ਮਾਡਲ ਟਾਊਨ ਦੇ ਵਧੀਕ ਨਿਗਰਾਨ ਅੰਜੀਨੀਅਰ ਅਮਨਦੀਪ ਸਿੰਘ ਟੀਨਸਾ ਨੇ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਜੰਗਲਾਤ ਵਿਭਾਗ ਦੀਆਂ ਜ਼ਾਰੀ ਹਦਾਇਤਾਂ ਦੇ ਅਨੁਸਾਰ 31 ਦਸੰਬਰ 2020 ਤੱਕ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਖਪਤਕਾਰ ਜੋ ਕਿਸੇ ਵੀ ਕਾਰਨ ਆਪਣੇ ਬਿਜਲੀ ਦੇ ਬਿੱਲ ਨਹੀਂ ਭਰ ਸਕਕੇ ਉਹਨਾਂ ਦੀ ਸਾਰੇ ਖਪਤਕਾਰਾਂ ਨੂੰ ਆਪਣੇ ਬਿਜਲੀ ਦੇ ਬਿੱਲ ਜਮਾ ਕਰਵਾਉਣ ਦੇ ਵਿੱਚ ਵਿਸ਼ੇਸ਼ ਛੋਟ ਦਿੱਤੀ ਹੈ ਇਹ ਸਕੀਮ 3 ਮਹੀਨੇ 15 April ਤੋਂ 15 July 2021 ਤੱਕ ਸਮੁੱਚੇ ਸੂਬੇ ਦੇ ਵਿੱਚ ਲਾਗੂ ਰਹੇਗੀ। ਕੋਰੋਨਾ ਦਾ ਕਹਿਰ ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਯਾਤਰੀ ਉਡਾਨਾਂ ਤੇ 21 June ਤੱਕ ਵਧਾਈ پابੰਦੀ। ਕੋਵਿਡ ਦੇ ਫੈਲਾਅ ਨੂੰ ਰੋਕਣ ਦੇ ਲਈ ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਸਾਰੀਆਂ ਪੈਸੇਂਜਰ ਫਲਾਈਟਾਂ ਤੇ پابੰਦੀ 30 ਦਿਨਾਂ ਲਈ ਹੋਰ ਵਧਾ ਦਿੱਤੀ ਹੈ। ਹੁਣ ਇਹ پابੰਦੀ 21 ਜੂਨ ਤੱਕ ਲਾਗੂ ਰਹੇਗੀ ਇਸ ਤੋਂ ਪਹਿਲਾਂ ਵੀ پابੰਦੀ 21 ਮਈ ਤੱਕ ਲਗਾਈ ਗਈ ਸੀ ਹਾਲਾਂਕਿ ਇਹ پابੰਦੀ ਕਾਰਗੋ ਉਡਾਨਾਂ ਤੇ ਲਾਗੂ ਨਹੀਂ ਹੋਵੇਗੀ ਤਾਂ ਜੋ ਵੈਕਸੀਨ ਪੀਪੀਈ ਕਿੱਟਾਂ ਤੇ ਹੋਰ ਜ਼ਰੂਰੀ ਸਮਾਨ ਦੀ ਨਿਰੰਤਰ ਸ਼ਿਪਮੈਂਟ ਨੂੰ ਯਕੀਨੀ ਬਣਾਇਆ ਜਾ ਸਕੇ ਕੈਨੇਡੀਅਨ ਟ੍ਰਾਂਸਪੋਰਟ ਮੰਤਰੀ ਉਮਰ ਅਲਬਰਗਾ ਨੇ ਇਹ ਐਲਾਨ ਕੀਤਾ ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਯਾਤਰੀ ਉਡਾਨਾਂ ਤੇ ਆਪਣੀ پابੰਦੀ ਨੂੰ 30 ਦਿਨਾਂ ਤੋਂ ਵਧਾ ਕੇ 21 ਜੂਨ ਕਰ ਦਿੱਤਾ ਹੈ ਇਸ ਸਾਲ 22 ਅਪ੍ਰੈਲ ਤੋਂ ਪਹਿਲੀ ਵਾਰ ਪਾਬੰਦੀ ਦੇ ਹਲਾਨ ਤੋਂ ਬਾਅਦ ਆਉਣ ਵਾਲੇ 에어ਲਾਈਨ ਯਾਤਰੀਆਂ ਵਿੱਚ ਕੋਵਿਡ ਸੰਕਰਮਣ ਦੀ ਕਮੀ ਸਾਹਮਣੇ ਆਈ ਹੈ। ਕਰੋਨਾ ਦੌਰਾਨ 1.5 ਕਰੋੜ ਤੋਂ ਵੱਧ ਕਰਮਚਾਰੀਆਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ ਵੱਡੀ ਖਬਰ ਆ ਦੋਸਤੋ ਖਬਰ ਦੇ ਵੱਲ ਰੋਕ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਅਜਿਹੇ ਸਮੇਂ ਜਦੋਂ ਦੇਸ਼ ਕੋਰੋਨਾ ਮਹਾਮਾਰੀ ਦੇ ਅਧੀਨ ਹੈ ਕੇਂਦਰ ਤੇ ਅਧੀਨ ਕੰਮ ਕਰਨ ਵਾਲੇ 1.5 ਕਰੋੜ ਤੋਂ ਵੱਧ ਕਾਮਿਆਂ ਦਾ ਵੈਰੀਏਬਲ ਮੰਗਾਈ ਪੱਤਾ 105 ਰੁਪਏ ਤੋਂ ਵਧਾ ਕੇ 210 ਰੁਪਏ ਪ੍ਰਤੀ ਮਹੀਨਾ ਕੀਤਾ ਗਿਆ ਇਸ ਐਲਾਨ ਨੇ ਸ਼ੁੱਕਰਵਾਰ ਨੂੰ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕੀਤਾ ਇਹ ਸਿਰਫ 1 ਅਪ੍ਰੈਲ 2021 ਤੋਂ ਲਾਗੂ ਹੋਵੇਗਾ ਇਸ ਦੇ ਕਾਰਨ ਕੇਂਦਰੀ ਖੇਤਰ ਦੇ ਕਰਮਚਾਰੀਆਂ ਨੂੰ ਘੱਟੋ ਘੱਟ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਵੇਗਾ ਇਹ ਕੇਂਦਰ ਸਰਕਾਰ ਰੇਲਵੇ ਪ੍ਰਸ਼ਾਸਨ ਖਾਣਾ ਤੇਲ ਖੇਤਰਾਂ ਪ੍ਰਮੁੱਖ ਪੋਰਟਾਂ ਜਾਂ ਹੋਰ ਕੇਂਦਰ ਸਰਕਾਰ ਦੀਆਂ ਸੰਸਥਾਵਾਂ ਤੇ ਲਾਗੂ ਹੋਵੇਗਾ ਇਹ ਦਰਾਂ ਇਕਰਾਰਨਾਮੇ ਜਾਂ ਆਮ ਕਰਮਚਾਰੀਆਂ ਲਈ ਬਰਾਬਰ ਲਾਗੂ ਹੋਣਗੀਆਂ ਨਿਊਜ਼ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਮੁੱਖ ਲੇਬਰ ਕਮਿਸ਼ਨ ਕੇਂਦਰੀ ਦੇ ਡੀਐਸਪੀ ਨੇਗੀ ਨੇ ਕਿਹਾ ਹੈ ਕਿ ਕੇਂਦਰੀ ਸੈਕਟਰ ਵਿੱਚ ਕੰਮ ਕਰਦੇ ਕਰਮਚਾਰੀਆਂ ਲਈ ਮੰਗਾਈ ਪੱਤਾ 105 ਰੁਪਏ ਤੋਂ ਵਧਾ ਕੇ 210 ਰੁਪਏ ਪ੍ਰਤੀ ਮਹੀਨਾ ਕੀਤਾ ਗਿਆ ਹੈ। ਵਾਧੂ ਮਰੀਜ਼ਾਂ ਤੋਂ ਵਾਧੂ ਖਰਚਾ ਵਸੂਲਣ ਵਾਲੇ ਪ੍ਰਾਈਵੇਟ ਹਸਪਤਾਲਾਂ ਨੂੰ ਆਪਣੇ ਕੰਟਰੋਲ 'ਚ ਲੈ ਕੇ ਲੈ ਸਕਦਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਵਾਧੂ ਖਰਚਾ ਵਸੂਲ ਕੇ ਫਾਇਦਾ ਚੁੱਕਣ ਵਾਲੇ ਹਸਪਤਾਲਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਾਇਰ ਨੇ ਕਿਹਾ ਕਿ ਜੇਕਰ ਕੋਈ ਹਸਪਤਾਲ ਜਾਂ ਡਾਕਟਰ ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦਾ ਸ਼ੋਸ਼ਣ ਕਰਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਅਪੈਡੈਮਿਕ ਡਿਸੀਜ਼ ਐਕਟ ਦੇ ਤਹਿਤ ਉਸ ਦੇ ਵਿਰੁੱਧ ਸਖਤ ਕਾਰਵਾਈ ਕਰੇਗਾ ਸਰਕਾਰ ਕੋਲ ਅਜੇ ਹੀ ਹਸਪਤਾਲਾਂ ਨੂੰ ਬੰਦ ਕਰਨ ਜਾਂ ਆਪਣੇ ਕੰਟਰੋਲ ਦੇ ਹੇਠਾਂ ਲੈਣ ਦਾ ਅਧਿਕਾਰ ਹੈ ਉਹਨਾਂ ਨੇ ਕਿਹਾ ਕਿ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਪ੍ਰਾਈਵੇਟ ਹਸਪਤਾਲ ਸਰਕਾਰ ਦੇ ਵੱਲੋਂ ਨਿਰਧਾਰਿਤ ਕੀਤੇ ਰੇਟਾਂ ਤੋਂ ਵੱਧ ਚਾਰਜ ਲੈ ਕੇ ਮਰੀਜ਼ਾਂ ਨੂੰ ਠੱਗ ਰਹੇ ਹਨ ਉਹਨਾਂ ਨੇ ਅੱਗੇ ਕਿਹਾ ਕਿ ਜੇਕਰ ਕੋਈ ਹਸਪਤਾਲ ਅਜਿਹਾ ਕਰਦਾ ਤਾਂ ਉਸ ਨੂੰ ਬਖਸ਼ਿਆ ਹੀ ਨਹੀਂ ਜਾਵੇਗਾ 에어 ਇੰਡੀਆ ਦਾ ਡਾਟਾ ਲੀਕ 45 ਲੱਖ ਯਾਤਰੀਆਂ ਦੀ ਕ੍ਰੈਡਿਟ ਕਾਰਡ ਦੇ ਸਮੇਤ ਕਈ ਜਾਣਕਾਰੀਆਂ ਚੋਰੀ ਏਅਰ ਇੰਡੀਆ ਦੇ ਸਮੇਤ ਗਲੋਬਲ 에ਅਰਲਾਈਨਸ ਕੰਪਨੀਆਂ ਤੇ ਇੱਕ ਵੱਡੇ ਸਾਈਬਰ ਅਟੈਕ ਦੇ ਵਿੱਚ 45 ਲੱਖ ਯੂਜ਼ਰ ਦਾ ਡਾਟਾ ਲੀਕ ਕੀਤਾ ਗਿਆ ਪਾਸਪੋਰਟ ਕ੍ਰੈਡਿਟ ਕਾਰਡ ਦੇ ਸਮੇਤ ਕਈ ਅਹਿਮ ਡਾਟੇ ਦੇ ਵਿੱਚ ਸਨ ਲਗਾ ਦਿੱਤੀ ਗਈ ਹੈ ਜਿਨ੍ਹਾਂ 에ਅਰਲਾਈਨਸ ਕੰਪਨੀਆਂ ਤੇ ਇਹ ਸਾਈਬਰ ਅਟੈਕ ਹੋਇਆ ਉਹਨਾਂ ਵਿੱਚ ਮਲੇਸ਼ੀਆ 에ਅਰਲਾਈਨਸ ਫਿਨ 에ਅਰ ਸਿੰਗਾਪੁਰ 에ਅਰਲਾਈਨਸ ਲੂਫਟਾਂਸਾ ਤੇ ਕੈਪਥੇ ਪੈਸੀਫਿਕ ਵੀ ਸ਼ਾਮਲ ਹਨ ਏਅਰ ਇੰਡੀਆ ਨੇ ਆਪਣੇ ਸਭ ਪ੍ਰਭਾਵਿਤ ਗਾਹਕਾਂ ਨੂੰ ਪੇਜ ਸੁਨੇਹੇ ਦੇ ਵਿੱਚ ਦੱਸਿਆ ਹੈ ਕਿ ਇਸ ਦੇ ਐਸ ਆਈ ٹی ਐਪੀ ਐਸ ਐਸ ਸਰਵਰ ਤੇ ਸਾਈਬਰ ਹਮਲਾ ਹੋਇਆ ਹੈ ਜਿਸ ਵਿੱਚ ਗਾਹਕਾਂ ਦੀ ਵਿਅਕਤੀਗਤ ਜਾਣਕਾਰੀਆਂ ਨੂੰ ਸਟੋਰ ਅਤੇ ਪ੍ਰੋਸੈਸ ਕੀਤਾ ਜਾਂਦਾ 26 ਅਗਸਤ 211 ਤੋਂ 20 ਫਰਵਰੀ 221 ਤੱਕ ਦਾ ਡਾਟਾ ਚੋਰੀ ਕੀਤਾ ਗਿਆ ਹੈ ਸਾਈਬਰ ਹਮਲੇ ਵਿੱਚ ਗਾਹਕ ਦਾ ਨਾਮ ਜਨਮ ਤਰੀਕ ਫੋਨ ਨੰਬਰ ਪਾਸਵਰਡ ਡਿਟੇਲ ਟਿਕਟ ਦੀ ਜਾਣਕਾਰੀ ਨਿਮੀ ਮੁਸਾਫਰਾ ਅਤੇ ਕ੍ਰੈਡਿਟ ਕਾਰਡ ਦਾ ਹਾਲ ਦੇ ਵਿੱਚ ਲੀਕ ਹੋਇਆ ਹੈ ਬਠਿੰਡਾ ਦੇ ਹਸਪਤਾਲ ਕਰੋਨਾ ਮਰੀਜ਼ਾਂ ਦੀ ਲੁੱਟ ਦਾ ਮਾਮਲਾ ਆਇਆ ਸਾਹਮਣੇ 6300 ਦਾ ਟੀਕਾ ਲਗਾਇਆ ਜਾ ਰਿਹਾ 5 50000 ਰੁਪਏ ਦੇ ਵਿੱਚ ਕਰੋਨਾ ਮਹਾਮਾਰੀ ਦੀ ਇਸ ਮੁਸ਼ਕਲ ਘੜੀ ਦੇ ਵਿੱਚ ਜਦੋਂ ਕਿ ਡਾਕਟਰਾਂ ਨੂੰ ਮਰੀਜ਼ਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਪਰ ਕੁਝ ਕੁ ਹਸਪਤਾਲਾਂ ਇਸ ਦੇ ਬਿਲਕੁਲ ਉਲਟ ਮਰੀਜ਼ਾਂ ਦੀ ਸ਼ਰੇਆਮ ਲੁੱਟ ਖਸੁੱਟ ਕਰ ਰਹੇ ਹਨ ਮਾਮਲਾ ਸਾਹਮਣੇ ਆਇਆ ਬਠਿੰਡਾ ਦੇ ਦਿੱਲੀ ਹਾਰਟ ਹਸਪਤਾਲ ਤੋਂ ਜਿੱਥੇ ਕਰੋਨਾ ਦੇ ਮਰੀਜ਼ਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਹਸਪਤਾਲ ਦੇ ਵਿੱਚ ਛਾਪੇਮਾਰੀ ਕੀਤੀ ਗਈ ਜਿੱਥੇ ਸਾਰਾ ਸੱਚ ਸਾਹਮਣੇ ਆਇਆ ਜਾਂਚ ਤੋਂ ਪਤਾ ਲੱਗਾ ਕਿ ਕੋਰੋਨਾ ਮਰੀਜ਼ਾਂ ਨੂੰ ਲੱਗਣ ਵਾਲਾ ਇੰਜੈਕਸ਼ਨ ਜਿਸ ਦੀ ਮਾਰਕੀਟ ਕੀਮਤ 6300 ਰੁਪਏ ਦਾ ਮਿਲਦਾ ਉੱਥੇ ਹੀ ਹਸਪਤਾਲ ਇਸ ਟੀਕੇ ਲਈ 50000 ਰੁਪਏ ਤੱਕ ਵਸੂਲੇ ਜਾ ਰਹੇ ਹਨ ਜੋ ਕਿ ਸਰਾ ਸਰ ਗਲਤ ਹਨ ਮੈਡੀਕਲ ਟੀਮ ਨੇ ਮੈਡੀਕਲ ਅਫਸਰ ਡਾਕਟਰ ਸੁਸ਼抗 ਕੁਮਾਰ ਨੇ ਸਾਰਾ ਰਿਕਾਰਡ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਦਾਖਲ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਲਈ ਦਵਾਈਆਂ ਦੇ ਟੈਸਟਾਂ ਦੇ ਰੇਟ ਨਿਰਧਾਰਤ ਕੀਤੇ ਗਏ ਹਨ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ 10 ਮੈਂਬਰ ਖੱਟੜ ਦੇ ਵੱਲੋਂ ਨਾਮਜਦ ਸੋ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਬਿਗ ਬ੍ਰੇਕਿੰਗ ਨਿਊਜ਼ ਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 214 ਵਿੱਚ ਹਰਿਆਣਾ ਦੀ ਖੱਟੜ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਕੇ ਬਣਾਈ ਗਈ ਸੀ ਜਿਸ ਦਾ ਬਕਾਇਦਾ ਐਕਟ ਗੁਰਦੁਆਰਾ ਐਕਟ 2014 ਹੋਣ ਦੇ ਵਿੱਚ ਆਇਆ ਸੀ ਐਕਟ ਦੇ ਮੁਤਾਬਕ 42 ਕੋ ਮੈਂਬਰ ਕੁੱਲ ਨਾਮਜ਼ਦ ਕੀਤੇ ਗਏ ਸਨ ਜੋ ਹਰਿਆਣਾ ਵਿੱਚ ਹਰਿਆਣਾ ਕਮੇਟੀ ਦੇ ਅਧੀਨ ਆਏ ਗੁਰਦੁਆਰਿਆਂ ਦਾ ਪ੍ਰਬੰਧ ਚਲਾ ਰਹੇ ਹਨ ਪਰ ਪਿਛਲੇ ਸਮੇਂ ਚ ਉਹਨਾਂ ਮੈਂਬਰਾਂ ਚ ਕੁਝ ਮੈਂਬਰ ਅਕਾਲ ਚਲਾਣਾ ਕਰ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਚਲੇ ਗਏ ਤੇ ਕੁਝ ਹਰਿਆਣਾ ਕਮੇਟੀ ਦੀ ਕਾਰਵਾਈਆਂ ਨਹੀਂ ਕਰ ਰਹੇ ਇਸ ਮੈਂਬਰ ਨੂੰ ਗਲਤ ਕਿਰਦਾਰਦ ਕਰਦੇ ਹੋਏ ਕਮੇਟੀ ਦੇ ਵੱਲੋਂ ਬਾਹਰ ਕੀਤਾ ਗਿਆ ਹੈ ਵੱਡੇ ਪੱਧਰ ਤੇ ਹਸਪਤਾਲਾਂ ਵੱਲੋਂ ਕੀਤੀ ਜਾ ਰਹੀ ਮਰੀਜ਼ਾਂ ਦੀ ਲੁੱਟ ਖਸੁੱਟ ਦਾ ਬੈਂਸ ਕਰਨਗੇ ਪਰਦਾਫਾਸ਼ ਸ਼ਹਿਰ ਦੇ ਕੁਝ ਹਸਪਤਾਲਾਂ ਵੱਲੋਂ ਕਰੋਨਾ ਵਾਇਰਸ ਤੇ ਮਰੀਜ਼ਾਂ ਦੀ ਕੀਤੀ ਜਾ ਰਹੀ ਵੱਡੇ ਪੱਧਰ ਤੇ ਲੁੱਟ ਖਸੁੱਟ ਦਾ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵ代यक ਸਿਮਰਜੀਤ ਸਿੰਘ ਬੈਂਸ ਦੇ ਵੱਲੋਂ 12 ਵਜੇ ਖੁਲਾਸਾ ਕੀਤਾ ਜਾ ਰਿਹਾ ਲੋਕ ਇਨਸਾਫ਼ ਪਾਰਟੀ ਦੇ ਮਰੀਜ਼ਾਂ ਦੀ ਲੁੱਟ ਖਸੁੱਟ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਪਾਰਟੀ ਪੱਧਰ ਤੇ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਬਿਆਦਵੀ ਕਾਂਡ ਤਿੰਨ ਡੇਰਾ ਪ੍ਰੇਮੀਆਂ ਨੂੰ 24 ਮਈ ਤੱਕ ਭੇਜਿਆ ਜੇਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਨ ਅਤੇ ਪਿੰਡ ਬਰਗਾੜੀ ਦੇ ਵਿੱਚ ਗਲਤੀਆਂ ਦੇ ਵਿੱਚ ਖੰਡਾਉਣ ਦੇ ហេਠਾਂ ਦੋਸ਼ ਦੇ ហេਠਾਂ ਗ੍ਰਿਫਤਾਰ ਕੀਤੇ ਗਏ ਛੇ ਡੇਰਾ ਪ੍ਰੇਮੀਆਂ ਦੇ ਵਿੱਚੋਂ ਤਿੰਨ ਨੂੰ ਪੁਲਿਸ ਦੇ ਰਿਮਾਂਡ ਖਤਮ ਹੋਣ ਤੋਂ ਬਾਅਦ ਸਥਾਨਕ ਮਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਡੇਰਾ ਪੇਮੀ ਬਲਜੀਤ ਵਾਸੀ ਪਿੰਡ ਸਖਣਵਾਲਾ ਕੋਟਕਪੂਰਾ ਵਾਸੀ ਨਿਸ਼ਾਨ ਤੇ ਸੁਖਜਿੰਦਰ ਸੰਨੀ ਨੂੰ 1 ਜੂਨ ਤੱਕ ਨਿਆਇਕ ਹਿਰਾਸਤ ਵਿੱਚ ਭੇਜਣ ਦਾ ਆਦੇਸ਼ ਦਿੱਤਾ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 2.57 ਲੱਖ ਨਵੇਂ ਕੇਸ 4194 ਮੌਤਾਂ ਭਾਰਤ ਦੇ ਵਿੱਚ ਕਰੋਨਾ ਨੂੰ ਬ੍ਰੇਕ ਲੱਗਦੀ ਦਿਖਾਈ ਦੇ ਰਹੀ ਹੈ ਜੀ ਪਿਛਲੇ 24 ਘੰਟਿਆਂ ਚੂ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਕਰੋਨਾ ਦੀ ਰਫ਼ਤਾਰ ਹੁਣ ਪਹਿਲਾਂ ਨਾਲੋਂ ਘਟ ਗਈ ਆ ਪਾਰਤ ਵਿੱਚ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਮਾਮਲੇ 3 ਲੱਖ ਤੋਂ ਘੱਟ ਸਾਹਮਣੇ ਆ ਰਹੇ ਹਨ ਪਰ ਰੋਜ਼ਾਨਾ ਮੌਤਾਂ ਦਾ ਅੰਕੜਾ 4000 ਨੂੰ ਟੱਪਦਾ ਜਾ ਰਿਹਾ ਹੈ। ਬਲੈਕ ਫੰਗਸ ਤੋਂ ਬਾਅਦ ਆਇਆ ਵਾਈਟ ਫੰਗਸ ਜਾਨੂ ਇਸ ਦੇ ਲੱਛਣ ਅਤੇ ਇਲਾਜ ਤੋਂ ਇੱਕ ਹੋਰ ਵੱਡੀ ਖਬਰ ਆ ਦੇਸ਼ ਦੇ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਆ ਪਰ ਇਸ ਦੇ ਵਿੱਚ ਕਰ ਇੱਕ ਬਹੁਤ ਸਾਰੀਆਂ ਬਿਮਾਰੀਆਂ ਸਾਹਮਣੇ ਆ ਰਹੀਆਂ ਹਨ ਜਿਸ ਤੋਂ ਲੋਕਾਂ ਨੂੰ ਕਾਫੀ ਸਮੱਸਿਆ ਆ ਰਹੀ ਆ। ਕਈਆਂ ਨੂੰ ਆਪਣੀ ਜਾਨ ਗਵਾਣੀ ਪੈ ਰਹੀਆਂ ਕਰੋਨਾ ਦੇ ਦੌਰ ਵਿੱਚ ਚੱਲਦਿਆਂ ਬਲੈਕ ਫੰਗਸ ਦੇ ਕੇਸ ਵੀ ਦੇਖਣ ਨੂੰ ਮਿਲੇ ਤੇ ਹੁਣ ਦੇਸ਼ ਦੇ ਵਿੱਚ ਇੱਕ ਹੋਰ ਬਿਮਾਰੀ ਸਾਹਮਣੇ ਆਈ ਹੈ ਜਿਸ ਦਾ ਨਾਮ ਮੁੱਖ ਇਮਿਊਨੋ ਕਾਮ ਪ੍ਰਾਈਮਡ ਕੋਵਿਡ-19 ਮਰੀਜ਼ਾਂ ਨੂੰ ਪ੍ਰਾਪਤ ਕਰ ਰਹੀ ਹੈ ਇਹ ਵੱਖਰੇ ਤਰੀਕੇ ਦਾ ਫੰਗਸ ਆ ਜਿਸ ਨੂੰ ਵਾਈਟ ਫੰਗਸ ਕਿਹਾ ਜਾਂਦਾ ਇਸ ਦੇ ਆਉਂਦੇ ਹੀ ਦੇਸ਼ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਮਾਰਾਂ ਦਾ ਕਹਿਣਾ ਹੈ ਕਿ ਇਹ ਬਲੈਕ ਫੰਗਸ ਜਿੰਨਾ ਖਤਰਨਾਕ ਨਹੀਂ ਇਹ ਸਹੀ ਸਮੇਂ ਤੇ ਪਛਾਣ ਕਰਕੇ ਡਾਕਟਰ ਕੋਲ ਜਾਵੋ ਤੇ ਇਲਾਜ ਕਰਾਵੋ 1 ਜੂਨ ਤੋਂ ਕਈ ਸੂਬਿਆਂ 'ਚ ਅਨਲੌਕ ਦੀ ਤਿਆਰੀ ਪਰ ਇਸ ਜੂ ਸੂਬੇ ਨੇ 7 ਜੂਨ ਤੱਕ ਕਰਤਾ ਲੌਕਡਾਊਨ ਦੇਸ਼ ਵਿੱਚ ਕਰੋਨਾ ਦੀ ਦੂਜੀ ਲਹਿਰ ਤੇ ਕਾਬੂ ਮਿਲਦਾ ਦਿਖਾਈ ਦੇ ਰਿਹਾ ਜੇਹੀ ਕਰਨਾ ਹੈ ਕਿ ਲੌਕਡਾਊਨ ਦਾ ਸਾਹਮਣਾ ਕਰ ਰਹੇ ਸੂਬਿਆਂ ਨੇ ਹੁਣ ਅਨਲੌਕ ਜਾਂਦੀ ਕਿ ਨਿਜ਼ਮਾ ਦੇ ਵਿੱਚ ਟਿੱਲ ਦੇਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਆ ਹਾਲਾਂਕਿ ਕਰਨਾਟਕ ਨੇ 7 ਜੂਨ ਤੱਕ ਲੌਕਡਾਊਨ ਵਧਾ ਦਿੱਤਾ ਤੇ ਦੇਸ਼ ਤੇ ਸਭ ਤੋਂ ਜ਼ਿਆਦਾ ਦੈਨਿਕ ਮਾਮਲੇ ਕਰਨਾਟਕ ਦੇ ਵਿੱਚ ਆ ਰਹੇ ਹਨ 1 ਜੂਨ ਤੋਂ ਨਿਜ਼ਮਾ ਦੇ ਵਿੱਚ ਟਿੱਲ ਮਿਲੇਗੀ ਪਰ ਉਹਨਾਂ ਸੂਬਿਆਂ 'ਚ ਜਿੱਥੇ ਕਰੋਨਾ ਦੇ ਕੇਸਾਂ ਵਿੱਚ ਕਮੀ ਹੋਵੇਗੀ ਲੋਕਾਂ ਨੂੰ ਕਰਫਿਊ ਤੋਂ ਰਾਹਤ ਮਿਲ ਸਕਦੀ ਹੈ ਕਰੋਨਾ ਤਰਾਸਦੀ ਦੇ ਬਾਵਜੂਦ ਦੁਨੀਆ ਦੀ ਸਭ ਤੋਂ ਵੱਡੀ ਉੱਭਰਦੀ ਸ਼ਕਤੀ ਬਣਿਆ ਭਾਰਤ ਰਿਪੋਰਟ ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਨੇ ਬਹੁਤ ਤਬਾਈ ਮਚਾਈ ਹੈ ਕਰੋਨਾ ਦੇ ਹਰ ਦਿਨ ਵਧ ਰਹੇ ਕੇਸਾਂ ਨੇ ਦੇਸ਼ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਇਸੇ ਦੌਰਾਨ ਭਾਰਤ ਬਾਰੇ ਇੱਕ ਰਿਪੋਰਟ ਆਈ ਹੈ ਜਿਸ ਵਿੱਚ ਭਾਰਤ ਬਾਰੇ ਇੱਕ ਪੋਜ਼ਿਟਿਵ ਗੱਲ ਸਾਹਮਣੇ ਆਈ ਹੈ 사우ਦੀ ਅਰਬ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਚੁਕਾਇਆ ਗਿਆ ਹੈ ਕਿ ਕਰੋਨਾ ਦੀ ਭਿਆਨਕ ਤਰਾਸਦੀ ਦੇ ਬਾਵਜੂਦ ਭਾਰਤ ਦੁਨੀਆ ਦਾ ਸਭ ਤੋਂ ਉੱਭਰੀ ਤਾਕਤ ਬਣਿਆ ਹੋਇਆ ਹੈ ਭਾਰਤ ਨੇ ਮਹਾਮਾਰੀ ਨਾਲ ਨਜਿੱਠਣ ਅਤੇ ਆਲੋਚਕਾਂ ਨੂੰ ਫਟਕਾਰ ਲਾਉਂਦੇ ਹੋਏ ਅਮਰੀਕੀ ਵਿਦੇਸ਼ ਨੀਤੀ ਦੇ ਮਾਹਰ ਡਾਕਟਰ ਜੌਨ ਸੀ ਹਿਲਸਮੈਨ ਨੇ ਅਰਬ న్యూਸ ਦੀ ਇੱਕ ਅਪ ਐਡ ਚੁਕਿਆ ਕਿ ਭਾਰਤ ਦੀ ਰਾਜਨੀਤਿਕ ਤਾਕਤ ਦਾ ਟਾਂਚਾ ਸਥਿਰ ਹੈ ਮੋਦੀ ਅਤੇ ਭਾਜਪਾ ਦੋਵੇਂ ਹੀ ਰਾਜਨੀਤਿਕ ਤੌਰ ਤੇ ਸੁਰੱਖਿਅਤ ਹਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਕਾਰਜਕਾਲ ਖਤਮ ਤਨਾਇਤ ਹੋਵੇਗਾ ਸਰਕਾਰੀ ਰਿਸੀਵਰ ਗੁਰਮੀਤ ਸਿੰਘ ਸ਼ਾਂਤੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਂਤੀ ਨੇ ਇੱਥੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਦਿੱਲੀ ਕਮੇਟੀ ਚੁਤੰਤਰ ਰਸੀਵਰ ਨਿਯੁਕਤ ਕਰਨ ਦੀ ਮੰਗ ਕੀਤੀ ਹੈ ਸ਼ਾਂਤੀ ਨੇ ਪੱਤਰ ਜੁਗਿਆ ਕਿ ਮੌਜੂਦਾ ਉਹਦੇਦਾਰਾਂ ਦਾ ਕਾਰਜਕਾਲ ਮਾਰਚ ਤੋਂ ਹੀ ਖਤਮ ਹੋ ਚੁੱਕਾ ਹੈ ਬਾਵਜੂਦ ਇਸ ਦੇ ਦੌਰਾਨ ਗੁਰਦੁਆਰਾ ਫੰਡ ਦੀ ਦਰਵਰਤ ਤੋਂ ਆਪਣੇ ਚੋਣ ਫਾਇਦੇ ਲਈ ਪ੍ਰਬੰਧਕ ਕਮੇਟੀਆਂ ਪ੍ਰਬੰਧਕਾਂ ਕਮੇਟੀਆਂ ਦੇ ਵੱਲੋਂ ਕੀਤੀ ਜਾ ਰਹੀਆਂ ਲਿਹਾਜ਼ਾ ਕਮੇਟੀ ਦੇ ਖਾਤਿਆਂ ਦੀ ਦੇਖਪਾਲ ਅਤੇ ਫੰਡਾਂ ਦੀ ਦਰਵਾਰਤوں ਨੂੰ ਰੋਕਣ ਦੇ ਲਈ ਦਿੱਲੀ ਸਰਕਾਰ ਕੋਲੇ ਰিসিਵਰ ਜਾਂ ਆਬਜ਼ਰਵਰ ਨਿਯੁਕਤ ਕੀਤਾ ਜਾਵੇ ਇਸ ਦੀ ਵਿਵਸਥਾ ਹੋਣ ਦੇ ਨਾਲ ਪਾਰਦਰਸ਼ਤਾ ਬਣੀ ਰਹੇਗੀ। ਸਵੇਰੇ ਗਿਆ ਤੇ ਸ਼ਾਮ ਨੂੰ ਵਾਪਸ ਸੁਨਾਰੀਆ ਜੇਲ੍ਹ ਪਹੁੰਚਿਆ ਰਾਮ ਰਹੀਮ ਸੈਕਸ ਸ਼ੋਸ਼ਣ ਦੇ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਰਾਮ ਰਹੀਮ ਇੱਕ ਦਿਨ ਦੀ ਕਸਟਡੀ ਪੈਰੋਲ ਪੂਰੀ ਕਰਕੇ ਸ਼ਾਮ ਨੂੰ ਸੁਨਾਰੀਆ ਜੇਲ੍ਹ ਵਾਪਸ ਪਹੁੰਚ ਗਿਆ ਡੇਰਾ ਸੱਤਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਸ਼ੁੱਕਰਵਾਰ ਸਵੇਰੇ ਲਗਭਗ 6:30 ਵਜੇ ਸੁਨਾਰੀਆ ਜੇਲ੍ਹ ਤੋਂ ਪੈਰੋਲ ਦਿੱਤੀ ਗਈ ਸੀ ਤੇ ਰਾਮ ਰਹੀਮ ਨੂੰ ਗੁਰੂਗ੍ਰਾਮ ਦੇ ਮਾਨੇਸਰ ਇਲਾਕੇ ਦੇ ਇੱਕ ਫਾਰਮ ਹਾਊਸ ਤੋਂ ਪਹੁੰਚਾਇਆ ਗਿਆ ਸੀ ਇਹ ਫਾਰਮ ਹਾਊਸ ਕਿਸੇ ਜਾਣਕਾਰ ਦਾ ਦੱਸਿਆ ਜਾ ਰਿਹਾ ਹੈ ਫਾਰਮ ਹਾਊਸ ਦੇ ਵਿੱਚ ਰਾਮ ਰਹੀਮ ਦੀ ਮਾਂ ਵੀ ਉਸਦੇ ਨਾਲ ਰਹੀ ਜਿਨ੍ਹਾਂ ਨੇ ਗੁਰੂ ਇਲਾਜ ਗੁਰੂ ਗ੍ਰਾਮ ਦੇ ਮਦੰਤਾ ਹਸਪਤਾਲ ਦੇ ਵਿੱਚ ਚੱਲ ਰਿਹਾ ਤੇ 6 ਵਜੇ ਰਾਮ ਰਹੀਮ ਨੂੰ ਪੁਲਿਸ ਨੇ ਪੂਰੀ ਕਸਟਡੀ ਦੇ ਨਾਲ ਵਾਪਸ ਸੁਨਾਰੀਆ ਜੇਲ੍ਹ ਪਹੁੰਚਾ ਦਿੱਤਾ ਸੂਤਰਾਂ ਦੇ ਅਨੁਸਾਰ ਰਾਮ ਰਹੀਮ ਗੁਰੂਗ੍ਰਾਮ ਦੇ ਵਿੱਚ ਇੱਕ ਗੁਪਤ ਥਾਂ ਤੇ ਮਿਲਵਾਇਆ ਗਿਆ ਸੀ ਰਾਮ ਰਹੀਮ ਦੀ ਮਾਂ ਨੇ ਆਪਣੇ ਹੱਥਾਂ ਨਾਲ ਖਾਣਾ ਖਵਾਇਆ ਤੇ ਮਾਂ ਨੇ ਵੀ ਉਸ ਨੂੰ ਖਾਣਾ ਖਵਾਇਆ ਕਿਸਾਨਾਂ ਦੀ ਮੋਦੀ ਨੂੰ ਚਿੱਠੀ 25 ਮਈ ਤੱਕ ਠੋਸ ਹੰਗਾਰਾ ਨਹੀਂ ਮਿਲਦਾ ਤਾਂ ਤਿੱਖਾ ਹੋਵੇਗਾ ਸੰਘਰਸ਼ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਡਟੇ ਸੰਜੁਕਤ ਕਿਸਾਨ ਮੋਰਚੇ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਿਆ ਗਿਆ ਇਸ ਪੱਤਰ ਦੇ ਵਿੱਚ ਮੋਰਚੇ ਨੇ ਕਿਸਾਨਾਂ ਦੇ ਨਾਲ ਮੋੜ ਗੱਲਬਾਤ ਸ਼ੁਰੂ ਕਰਨ ਦੀ ਬੇਨਤੀ ਕੀਤੀ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ਤੇ ਕਿਹਾ ਜੇਕਰ ਮੋਦੀ ਨੇ ਹੰਗਾਰਾ ਨਾ ਪਰਿਆ ਤਾਂ ਕਿਸਾਨਾਂ ਵੱਲੋਂ ਅੰਦੋਲਨ ਦੇ ਅਗਲੇ ਪੜਾਅ ਬਾਰੇ ਗੰਭੀਰਤਾ ਦੇ ਨਾਲ ਸੋਚਿਆ ਜਾਵੇਗਾ ਪੱਤਰ ਵਿੱਚ ਕਿਸਾਨ ਆਗੂਆਂ ਨੇ ਲਿਖਿਆ ਜੇਕਰ ਤੁਹਾਡੀ ਸਰਕਾਰ ਵੱਲੋਂ 25 ਮਈ ਤੱਕ ਕੋਈ ਠੋਸ ਅਤੇ ਪੋਜ਼ਿਟਿਵ ਹੰਗਾਰਾ ਨਹੀਂ ਮਿਲਦਾ ਤਾਂ ਅਸੀਂ 26 ਮਈ ਨੂੰ ਕੌਮੀ ਪੱਧਰ ਤੇ ਵਿਰੋਧ ਪ੍ਰਦਰਸ਼ਨ ਦਾ ਅਗਲੇ ਪੜਾਅ ਦੇ ਬਾਰੇ ਐਲਾਨ ਦਾ ਪ੍ਰਬੰਧ ਕਰਾਂਗੇ ਕਿਸਾਨ ਆਗੂ ਡਾਕਟਰ ਦਰਸ਼ਨ ਪਾਉਲ ਨੇ ਕਿਹਾ ਕਿ ਮੋਰਚਾ ਸਰਕਾਰ ਦਾ ਧਿਆਨ ਪਟਕਾਉਣਾ ਨਹੀਂ ਚਾਹੁੰਦਾ ਪਰ ਹਾਲਾਗਿ ਕਿਸਾਨ ਰੋਜ਼ਾਨਾ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ ਅੱਜ ਵੀ ਸਿਹਤ ਸਹੂਲਤਾਂ ਨੂੰ ਤਰਸ ਰਹੇ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਦੇਖੋ ਕਿੰਨਾ ਮਾੜਾ ਹਾਲ ਜਿੱਥੇ ਸਰਕਾਰਾਂ ਹਰ ਵਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਵੱਡੇ ਵਾਅਦੇ ਕਰਦੀਆਂ ਨੇ ਉੱਤੇ ਹੀ ਆਜ਼ਾਦੀ ਦੇ 73 ਸਾਲਾਂ ਬਾਅਦ ਵੀ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਸਿਹਤ ਸਹੂਲਤਾਂ ਤੋਂ ਵਾਂਝੇ ਹਨ ਫਿਰੋਜ਼ਪੁਰ ਦੇ 15 16 ਪਿੰਡ ਗੱਟੀ ਰਾਜੇ ਕੀ ਨਿਊ ਗੱਟੀ ਗੱਟੀ ਹਜ਼ਾਰਾ ਬਾਨੇ ਵਾਲਾ ਟੇਢੀ ਵਾਲਾ ਕਮਾਲੇ ਵਾਲਾ ਚਾਂਦੀ ਵਾਲਾ ਆਦ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਨੂੰ ਮਿਲਾ ਕੇ ਇੱਕ ਹੀ ਡਿਸਪੈਂਸਰੀ ਹੈ ਜਿੱਥੇ ਸਟਾਫ ਤਾਂ ਹੈ ਪਰ ਵੈਕਸੀਨੇਸ਼ਨ ਅਤੇ ਟੈਸਟਿੰਗ ਦੇ ਲਈ ਵਕ ਵਕ ਪਿੰਡਾਂ ਦੇ ਨਾਲ ਲੱਗਦੇ ਕੈਂਪਾਂ ਵਿੱਚ ਜਾਣਾ ਪੈਂਦਾ ਹੈ ਡਿਸਪੈਂਸਰੀ ਤੋਂ ਦਵਾਈ ਲੈਣ ਆਏ ਲੋਕਾਂ ਨੂੰ ਵਾਪਸ ਵਾਪਸ ਮੁੜਨਾ ਪੈਂਦਾ ਹੈ ਦੂਜੇ ਪਾਸੇ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਿੰਡ ਤੇ ਸਤਲੁਜ ਦੇ ਨਾਲ ਲੱਗਦੇ ਪਿੰਡ ਟੇਢੀ ਵਾਲਾ ਸਰਪੰਚ ਦੇ ਜਗੀ ਵਾਲਾ ਸਰਪੰਚ ਜਗੀਰ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਕਿਹਾ ਕਿ ਇੱਥੇ ਲੋਕਾਂ ਨੂੰ ਕਈ ਬਿਮਾਰੀਆਂ ਨੇ ਘੇਰਿਆ ਹੈ ਉਹਨਾਂ ਨੂੰ ਦਵਾਈ ਲੈਣ ਦੇ ਲਈ 17-18 ਕਿਲੋਮੀਟਰ ਦੂਰ ਸ਼ਹਿਰ ਜਾਣਾ ਪੈਂਦਾ ਹੈ ਪੰਜਾਬੀ ਨੌਜਵਾਨ ਦੀ ਦੁਬਈ ਦੇ ਵਿੱਚ ਸੜਕ ਹਾਦਸੇ ਚੋਂ ਮੌਤ ਰੋਜ਼ੀ ਰੋਟੀ ਦੀ ਖਾਤਰ ਸਥਾਨਿਕ ਕਸਬਾ ਮੱਤੇਵਾਲ ਵਿੱਚ ਵਿਦੇਸ਼ ਦੁਬਈ ਗਏ ਨੌਜਵਾਨ ਦੀ ਸਾਊਦੀ ਅਰਬ ਦੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਚੋਂ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ अफवाहਾਂ ਤੋਂ بچੋ ਜੇ ਇਲਾਜ ਠੀਕ ਨਾ ਹੁੰਦਾ ਤਾਂ ਸਾਡੇ ਆਪਣੇ ਰਜਿੰਦਰਾ ਹਸਪਤਾਲ 'ਚੋਂ ਦਾਖਲ ਨਾ ਹੁੰਦੇ 코로나 ਮਹਾਮਾਰੀ ਦੇ ਦੌਰ ਚੱਲਦਿਆਂ ਰਜਿੰਦਰਾ ਹਸਪਤਾਲ ਬਾਰੇ ਕਈ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਇਹਨਾਂ ਦੇ ਸਾਹਮਣੇ ਉਹਨਾਂ ਲੋਕਾਂ ਦੇ ਮਨਾਂ ਵਿੱਚ ਡਰ ਪੈਦਾ ਹੋ ਗਿਆ ਇਲਾਜ ਲਈ ਹਸਪਤਾਲ ਨਹੀਂ ਆ ਰਹੇ ਤੇ ਇਸ ਦੇ ਸਬੰਧੀ ਗੱਲਬਾਤ ਕਰਦੇ ਆ ਡਾਕਟਰ ਰਮਿੰਦਰਪਾਲ ਸਿੰਘ ਸੀਬੀਆ ਨੇ ਵਿਸ਼ੇਸ਼ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਜੀ ਤਾਂ ਸਾਨੂੰ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ ਜੇਕਰ ਇਲਾਜ ਸਹੀ ਨਾ ਹੁੰਦਾ ਤਾਂ ਸਾਡੇ ਹਸਪਤਾਲ ਦੇ ਵਿੱਚ ਸਾਡੇ ਆਪਣੇ ਦਾਖਲ ਨਾ ਹੁੰਦੇ ਉਹਨਾਂ ਨੂੰ ਪੁੱਛਿਆ ਗਿਆ ਜੀ ਇੱਥੇ ਮੌਤ ਦਰ ਜ਼ਿਆਦਾ ਕਿਉਂ ਹੈ ਇੱਥੇ ਮੌਤ ਦਰ ਜ਼ਿਆਦਾ ਨਹੀਂ ਪਰ ਮੌਤਾਂ ਦੀ ਗਿਣਤੀ ਜ਼ਿਆਦਾ ਹੈ ਰਜਿੰਦਰਾ ਹਸਪਤਾਲ ਦੇ ਵਿੱਚ ਸਭ ਤੋਂ ਜ਼ਿਆਦਾ ਸਹੂਲਤਾਂ ਹਨ ਇੱਥੇ 600 ਆਈਸੋਲੇਸ਼ਨ ਬੈੱਡ ਹਨ ਤੇ ਸਾਰੇ ਹੀ ਆਕਸੀਜਨ ਬੈੱਡ ਹਨ ਕੋਵਿਡ ਦੇ ਸਾਡੇ ਕੋਲੇ ਸਿਰਫ 18 ਆਈਸੋਲੇਸ਼ਨ ਬੈੱਡ ਹਨ ਬਲੈਕ ਫੰਗਸ ਨੂੰ ਲੈ ਕੇ ਹਾਈ ਕੋਰਟ ਨੇ ਪੰਜਾਬ ਸੰਨੇ ਬਾਕੀ ਸੂਬਿਆਂ ਨੂੰ ਦਿੱਤੇ ਹੁਕਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਬਲੈਕ ਫੰਗਸ ਸੰਬੰਧੀ ਨੋਟਿਸ ਲੈਂਦਿਆਂ ਪੰਜਾਬ ਅਤੇ ਹਰਿਆਣਾ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ ਕਿ ਦੱਸਿਆ ਜਾਵੇ ਬਲੈਕ ਫੰਗਸ ਨਾਲ ਨਜਿੱਠਣ ਲਈ ਕੀ ਕੀ ਇੰਤਜ਼ਾਮ ਕੀਤੇ ਗਏ ਹਨ ਅਦਾਲਤ ਵਿੱਚ ਮਿੱਤਰ ਵਕੀਲ ਭੁਪਿੰਦਰ ਖੋਸਲਾ ਨੇ ਦੱਸਿਆ ਕਿ ਨਿੱਜੀ ਲੈਬ ਵਿੱਚ ਅਜੇ ਵੀ ਕੋਵਿਡ ਟੈਸਟ ਦੇ ਜ਼ਿਆਦਾ ਚਾਰਜ ਲਏ ਜਾ ਰਹੇ ਹਨ ਤੇ ਟੈਲੀ ਕਮਿਊਨੀਕੇਸ਼ਨ ਸਿਸਟਮ ਦਾ ਲਾਭ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਕੈਪਟਨ ਅਮਰਿੰਦਰ ਸਿੰਘ ਦਾ ਮਤਲਬ ਕਾਂਗਰਸ ਨਹੀਂ ਪ੍ਰਗਟ ਸਿੰਘ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਕਾਂਗਰਸ ਨੂੰ ਪੈਦਾ ਹੋਈ ਹਿਲਜੁਲ ਹੁਣ ਪਾਰਟੀ ਦੇ ਵੱਡੇ ਸੰਕਟ ਦਾ ਰੂਪ ਲੈ ਰਹੀ ਆ ਪੰਜਾਬ ਸਰਕਾਰ ਦੀ ਕਰਗੁਜ਼ਾਰੀ ਵਿਰੁੱਧ ਪਾਰਟੀ ਦੇ ਅੰਦਰੋਂ ਹੀ ਆਵਾਜ਼ਾਂ ਉੱਠਣ ਲੱਗ ਪਈਆਂ ਨੇ ਇਸ ਸਬੰਧੀ ਪੰਜਾਬ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਮਤਲਬ ਕਾਂਗਰਸ ਨਹੀਂ ਐ ਉਹ ਕੋਈ ਵੀ ਆਈਪੀਐਸ ਅਫਸਰ ਜਾਂ ਕੋਈ ਹੋਰ ਅਫਸਰ ਅਕੈਡਮੀ ਨੂੰ ਪਾਸ ਹੁੰਦਾ ਤੇ ਇਹਨਾਂ ਨੂੰ ਸੌਂ ਦਵਾਈ ਜਾਂਦੀ ਐ ਕਿ ਤੁਸੀਂ ਸੰਵਿਧਾਨ ਦੇ ਮੁਤਾਬਕ ਹੋ ਜੋ ਤੁਹਾਨੂੰ ਸਹੀ ਲੱਗਦਾ ਭਾਪ ਕਿਸ ਬਿਨਾ ਕਿਸੇ ਪੇਦ ਪਾਪ ਦੇ ਕੰਮ ਕਰਦੇ ਹੋ ਪਰ ਉਹਨਾਂ ਨੇ ਕਿਹਾ ਜੀ ਐਸਾ ਨਹੀਂ ਹੋ ਰਿਹਾ ਕੈਪਟਨ ਦੱਸਣ ਕੇ 73 ਜਿੰਦਰ ਸਿੰਘ ਬਾਜਵਾ ਨੇ ਉਹਨਾਂ ਦੇ ਇਸ਼ਾਰੇ ਤੇ ਬਿਆਨ ਦਿੱਤਾ ਜੇਕਰ ਨਹੀਂ ਤਾਂ ਉਸ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੇ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ 73 ਜਿੰਦਰ ਸਿੰਘ ਬਾਜਵਾ ਨੇ ਇਸ ਦੀ ਗੱਲ ਦੀ ਨਖੇਦੀ ਕੀਤੀ ਹੈ ਕਿ ਉਹ ਕਰੋਨਾ ਦੇ ਨਾਲ ਨਜਿੱਠਣ ਵਿੱਚ ਕਾਂਗਰਸ ਸਰਕਾਰ ਦੀਆਂ ਆਸਫਲਤਾਵਾਂ ਤੋਂ ਪਰਦਾ ਪਾਉਣ ਲਈ ਕਿਸਾਨ ਅੰਦੋਲਨਾਂ ਦੇ ਵਿੱਚ ਲੱਗੇ ਕਿਸਾਨਾਂ ਦੀ ਬਦਨਾਮੀ ਕਰ ਰਹੇ ਹਨ ਤੇ ਕਿਹਾ ਹੈ ਕਿ ਸਰਕਾਰ ਅੰਨਦਾਤਾ ਦੀ ਬਦਨਾਮੀ ਕਰਨ ਦੀ ਥਾਂ ਆਪਣੀਆਂ ਆਸਫਲਤਾਵਾਂ ਦੇ ਜਵਾਬ ਦੇਵੇ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਵਿੰਗ ਦੇ ਪ੍ਰਧਾਨ ਸਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਇਹ ਬਹੁਤ ਹੈਰਾਨੀ ਦੀ ਗੱਲ ਹੈ ਜਿਸ ਵੇਲੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਦਾ ਨਿਕੰਮਾਪਨ ਦੇ ਕਾਰਨ ਹਫੜਾ ਦਫੜੀ ਮੱਚੀ ਹੈ ਉਸ ਵੇਲੇ ਕਾਂਗਰਸ ਤਨ ਖੇਤੀਕੁਨਾਂ ਦੇ ਖਿਲਾਫ ਸਿੰਘੂ ਅਤੇ ਟਿੱਕਰੀ ਬਾਰਡਰਾਂ ਦੇ ਧਰਨੇ ਵਿੱਚ ਸ਼ਾਮਲ ਕਿਸਾਨਾਂ ਨੂੰ ਕਰੋਨਾ ਫੈਲਾਉਣ ਵਾਲਾ ਘਰਾਰ ਦੇ ਰਹੀ ਹੈ। ਕਿਸਾਨੀ ਧਰਨਿਆਂ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਨੇ ਦਿੱਤੀ ਮਜ਼ਬੂਤੀ 26 ਮਈ ਲਈ ਹੋ ਰਹੀ ਆ ਵਿਸ਼ੇਸ਼ ਤਿਆਰੀ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਪੱਕੇ ਧਰਨੇ 293 ਦਿਨ ਵਿੱਚ ਵੀ ਜਾਰੀ ਨੇ ਅਤੇ ਕਿਸਾਨ ਔਰਤਾਂ ਦੀ ਵੱਡੀ ਗਿਣਤੀ ਵਿੱਚ ਲਗਾਤਾਰ ਹੋ ਰਹੀ ਸਮੂਲੀਅਤ ਧਰਨਿਆਂ ਨੂੰ ਮਜ਼ਬੂਤੀ ਪ੍ਰਦਾਨ ਕਰ ਰਹੀ ਹੈ 25 ਲੱਖ ਏਕੜ ਤੇ ਸਿੱਧੀ ਬਜਾਈ ਲਈ 15 ਫੀਸਦੀ ਪਾਣੀ ਦੀ ਹੋਵੇਗੀ ਬਚਤ ਇਸ ਸੀਜ਼ਨ ਚ ਝੋਨੇ ਦੀ ਪਨੀਰੀ ਦੀ ਥਾਂ ਤੇ ਸਿੱਧੀ ਚਾਵਲ ਬਜਾਈ ਕਰਨ ਵਾਸਤੇ ਵਿਕਾਸ ਕਮਿਸ਼ਨਰ ਅਡੀਸ਼ਨਲ ਚੀਫ ਸਕੱਤਰ ਅਨੁਰਿੱਧ ਤਵਾੜੀ ਨੇ ਪਿਛਲੇ ਹਫਤੇ ਬਿਜਲੀ ਕਾਰਪੋਰੇਸ਼ਨ ਦੇ ਐਮ ਡੀ ਵੇਨੂ ਨੂੰ ਚਿੱਠੀ ਲਿਖੀ ਤੇ ਮੁੱਖ ਮੰਤਰੀ ਦਾ ਹੁਕਮ ਮੁੱਖ ਮੰਤਰੀ ਦਾ ਹੁਕਮ ਸੁਨਾਇਆ 25 ਮਈ ਤੋਂ 2 ਜੂਨ ਤੱਕ ਟਿਊਬਵੈਲਾਂ ਲਈ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਕਿ ਜ਼ਮੀਨ ਤੇ ਰੌਣੀ ਚੰਗੀ ਤਰ੍ਹਾਂ ਸਿੰਚਾਈ ਹੋਵੇ ਫਿਰ 3 ਜੂਨ ਤੋਂ ਇੱਕ ਹਫ਼ਤੇ ਲਈ 4 ਘੰਟੇ ਬਿਜਲੀ ਤੇ ਮਗਰੋਂ 10 ਜੂਨ ਤੋਂ ਲਗਾਤਾਰ 8 ਘੰਟੇ ਬਿਜਲੀ ਦਿੱਤੀ ਜਾਵੇ ਕਰੋਨਾ ਦੀ ਰੋਕਥਾਮ ਲਈ ਸਰਕਾਰ ਦੇ ਮਾੜੇ ਪ੍ਰਬੰਧਾਂ ਵਿਰੁੱਧ ਵੀ ਅੰਦੋਲਨ ਕਰਾਂਗੇ ਉਗਰਾਹਾ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਹ ਗ੍ਰਾਹਾਂ ਦੇ ਵੱਲੋਂ ਅੰਦੋਲਨ ਦੇ ਸਬੰਧੀ ਆਪਣੀ ਰਣਨੀਤੀ ਨੂੰ ਸਪਸ਼ਟ ਕੀਤਾ ਗਿਆ ਚੰਡੀਗੜ੍ਹ ਪਹੁੰਚੇ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਣ ਨੇ ਕਿਸਾਨ ਪੰਵਨ ਦੇ ਵਿੱਚ ਹੋਈ ਪ੍ਰੈਸ ਕਾਨਫਰੰਸ ਚੁੱਕਿਆ ਜੀ ਪਹਿਲਾਂ ਕੇਂਦਰ ਸਰਕਾਰ ਨੇ ਕਰੋਨਾ ਦੇ ਚੱਲਦੇ ਤਿੰਨ ਕਾਲੇ ਖੇਤੀ ਕਾਨੂੰਨ ਪਾਸ ਕਰਵਾਏ ਤੇ ਹੁਣ ਕਰੋਨਾ ਦੀ ਆੜੇ ਹੇਠਾਂ ਕਿਸਾਨ ਅੰਦੋਲਨ ਨੂੰ ਖਤਮ ਕਰਵਾਉਂਦੀਆਂ ਸਾਜ਼ਿਸ਼ਾਂ ਕਰ ਰਹੀ ਹੈ ਕਾਂਗਰਸ ਦੇ ਕਲੇਸ਼ ਦਰਮਿਆਨ ਕੈਪਟਨ ਦੇ ਓਐਸਡੀ ਦਾ ਨਵਜੋਤ ਸਿੱਧੂ ਤੇ ਵੱਡਾ ਬਿਆਨ ਸੂਬੇ ਦੇ ਅੰਦਰ ਵਿਧਵੀ ਕਾਨੂੰਨ ਲੈ ਕੇ ਸਭ ਤੋਂ ਵੱਡਾ ਅਫਸੋਸ ਹੈ ਇਸ ਦਾ ਕੈਪਟਨ ਇਸ ਦਾ ਇਨਸਾਫ ਕੈਪਟਨ ਸਰਕਾਰ ਨੇ ਹੀ ਕਰ ਦੇਣਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਓਐਸਡੀ ਅੰਕਿਤ ਬਾਂਸਲ ਨੇ ਆਪਣੇ ਸੋਸ਼ਲ ਮੀਡੀਆ ਤੇ ਟਿੱਪਣੀ ਕਰਕੇ ਇਸ ਤੇ ਆਪਣਾ ਪ੍ਰਤੀਕਰਮ ਪ੍ਰਗਟਾਇਆ ਉਹਨਾਂ ਨੇ ਇਸ ਟਿੱਪਣੀ ਵਿੱਚ ਕਾਂਗਰਸ ਦੇ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ रह चुके ਸਿੱਧੂ ਦੀ ਬੋਲਬਾਣੀ ਤੇ ਵੀ ਕਿੰਤੂ ਕਰਦਿਆਂ ਕਿਹਾ ਕਿ ਇਹ ਵੇਲਾ ਬੇਅਦਬੀ ਮਾਮਲੇ ਦਾ ਨਹੀਂ ਸਮੋ ਹੁਣ ਕਰੋਨਾ ਮਹਾਮਾਰੀ ਨਾਲ ਜੰਗ ਲੜਨ ਦਾ ਵੇਲਾ ਉਹਨਾਂ ਨੇ ਕਿਹਾ ਜੀ ਸੂਬਾ ਸਰਕਾਰ ਕਰੋਨਾ ਮਹਾਮਾਰੀ ਨਾਲ ਜੂਝ ਰਹੀ ਆ ਇਸ ਤੇ ਬੋਲਣ ਦੀ ਬਜਾਏ ਨਵਜੋਤ ਸਿੱਧੂ ਕੈਪਟਨ ਸਰਕਾਰ ਦੇ ਖਿਲਾਫ ਬੋਲ ਰਹੇ ਹਨ ਕਿਉਂਕਿ ਜੇਕਰ ਕਰੋਨਾ ਤੇ ਬੋਲਣਾ ਪਵੇ ਤਾਂ ਉਹਨਾਂ ਦਾ ਵਿਰੋਧ ਵਿਰੋਧੀ ਸਰਕਾਰ ਤੇ ਟਿੱਪਣੀ ਕਰਨੀ ਹੋਵੇ ਪਰ ਨਵਜੋਤ ਸਿੱਧੂ ਮੋਦੀ ਸਰਕਾਰ ਦੇ ਖਿਲਾਫ ਨਹੀਂ ਬੋਲਦੇ